ਦਾ ਸ਼ੁਭ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਏ ਆਰਮਾਨ ਹੈਲਥ케ਅਰ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਏ ਆ ਅਰਮਾਨ ਹੈਲਥ케ਅਰ ਔਰ ਗੱਲ ਕਰ ਰਹੇ ਨੇ ਡਾਕਟਰ ਸਦੀਪ ਸਿੰਘ ਮੋਗਿਆਲ ਦੇ ਨਾਲ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਸ੍ਰੀ ਗਾਲ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਪੰਜਾਬ ਚੈਨਲ ਦਾ ਔਰ ਪੂਰੇ ਸਟਾਫ ਨੂੰ ਜੀ ਆਇਆਂ ਕਹਿੰਦੇ ਆ ਬਾਈ ਜੀ ਕੀ ਕਰਨਾ ਚਾਹੋਗੇ ਕਿ ਅੱਜ ਦਾ ਜਿਹੜਾ ਯੋਗ ਹੈ ਜਿਹਦੇ ਵਿੱਚ ਕੈਂਸਰ ਜਿਹਦਾ ਕਿ ਕਿਸੇ ਸਮੇਂ ਦੇ ਘਰਾਂ ਚ ਨਾਮ ਲੈਣਾ ਵੀ ਮਤਲਬ ਇਹ ਮੰਨਿਆ ਜਾਂਦਾ ਸੀ ਵੀ ਨਾਂ ਨਹੀਂ ਲੈਣਾ ਕੈਂਸਰ ਦਾ ਔਰ ਅੱਜ ਛੋਟੇ-ਛੋਟੇ ਬੱਚਾ ਨੂੰ ਪਤਾ ਵੀ ਕੈਂਸਰ ਹੈ ਜਿਹੜੀ ਇੰਨੀ ਵੱਧ ਚੁੱਕੀ ਹੈ ਵੀ ਕਿਤੇ ਦਾ ਨਾਮ ਨਹੀਂ ਆਪਾਂ ਲੈਂਦੇ ਸੀਗੇ ਕਿਉਂਕਿ ਇਹ ਲਾਜ਼ਮ ਸੀਗਾ 노 ਡਾਊਟ ਕਿ ਅੱਜ ਜਿਹੜਾ ਹੈਗਾ ਕੈਂਸਰ ਦਾ ਵੀ ਇਲਾਜ ਜਿਹੜਾ ਹੈਗਾ ਅਗਰ ਪਹਿਲੇ ਸਟੇਜਾਂ ਤੇ ਬੰਦਾ ਫੜਿਆ ਜਾਵੇ ਕੈਂਸਰ ਦੀ ਡਿਟੈਕਸ਼ਨ ਹੋ ਜਾਵੇ ਤਾਂ ਇਲਾਜ ਅੱਜ ਸੰਭਵ ਹੈਗਾ ਔਰ ਇਲੈਕਟ੍ਰੋ ਹੋਮੋਪੈਥੀ ਔਰ ਜਿਹੜੀ ਆਪਣੀ ਆਯੁਰਵੇਦ ਹੈਗਾ ਇਹਦੇ ਵਿੱਚ ਤਾਂ ਹੋਰ ਵੀ ਕਾਰਗਰ ਚੀਜ਼ਾਂ ਜਿਹੜੀਆਂ ਹੈਗੀਆਂ ਆ ਗਈਆਂ ਨੇ ਇਹਦੇ ਵਿੱਚ ਤਾਂ ਕਈ ਵਾਰੀ 3rd ਸਟੇਜ 4th ਸਟੇਜ ਤੱਕ ਵੀ ਜਿਹੜਾ ਹੈਗਾ ਲਾ ਸੰਭਵ ਹੋ ਜਾਂਦਾ ਕੀ ਕਹਿਣਾ ਚਾਹੋ ਠੀਕ लास्ट ਸਟੇਜ ਤੱਕ ਦੇ ਕੈਂਸਰ ਦੇ ਬਹੁਤ ਸਾਰੇ ਪੇਸ਼ੈਂਟ ਠੀਕ ਕੀਤੇ ਆ ਜਿਨ੍ਹਾਂ ਨੂੰ ਵੱਡੇ ਵੱਡੇ ਹਸਪੀਟਲ ਵਿੱਚੋਂ ਵੀ ਜਵਾਬ ਵੀ ਮਿਲ ਗਿਆ ਔਰ ਜਾਂ ਆਪ ਹੀ ਦਿਲ ਛੱਡ ਕੇ ਬੈਠ ਗਏ ਵੀ ਮੈਂ ਠੀਕ ਨਹੀਂ ਹੋ ਸਕਦਾ ਔਰ ਉਹ ਪੇਸ਼ੈਂਟ ਬਿਲਕੁਲ ਠੀਕ ਨੇ ਅੱਜ ਦੀ ਡੇਟ ਦੇ ਵਿੱਚ ਕੈਂਸਰ ਹੋਣ ਦੇ ਕੋਈ ਵੱਡੇ ਕਾਰਨ ਨਹੀਂ ਛੋਟੇ ਛੋਟੇ ਹੀ ਕਾਰਨ ਹੁੰਦੇ ਆ ਜਿਵੇਂ ਮੂੰਹ ਦਾ ਕੈਂਸਰ ਹੋ ਗਿਆ ਇਹ ਤਮਾਕੂ ਕਰਕੇ ਵੀ ਹੋ ਸਕਦਾ ਹੈ ਜਾਂ ਲੀਵਰ ਦਾ ਕੈਂਸਰ ਹੋ ਗਿਆ ਇਹ ਸ਼ਰਾਬ ਕਰਕੇ ਵੀ ਹੋ ਸਕਦਾ ਹੈ ਕਿਸੇ ਨੂੰ ਦਿਲ ਦੀ ਧੜਕਣ ਵਧਣੀ ਸ਼ੁਰੂ ਹੋ ਗਈ ਔਰ ਉਹਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਵਾਲਾਂ ਦੇ ਵਿੱਚ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਚਿੱਟੀ ਚਰਬੀ ਜਿਹੜੀ ਹੈ ਜੰਮ ਜਾਂਦੀ ਹੈ ਤਾਂ ਉਹ ਵੀ ਕੈਂਸਰ ਦਾ ਰੂਪ ਧਾਰਨ ਕਰ ਜਾਂਦੀ ਹੈ ਮਾਂ ਬੱਚਿਆਂ ਨੂੰ ਦੁੱਧ ਪਲਾਂਦੀ ਹੈ ਔਰ ਉਹ ਬੱਚੇ ਦਾ ਸਿਰ ਵੱਜ ਗਿਆ ਨਿਪਲ ਦੇ ਉੱਪਰ ਔਰ ਉਹ ਗੰਢ ਬਣ ਗਈ ਉਹ ਵੀ ਕੈਂਸਰ ਬਣ ਸਕਦਾ ਹੈ ਲਿਵਰ ਦੇ ਵਿੱਚ ਵੀ ਕੈਂਸਰ ਬਣ ਜਾਂਦਾ ਹੈ ਕਿਡਨੀਆਂ ਦੇ ਵਿੱਚ ਵੀ ਕੈਂਸਰ ਬਣ ਜਾਂਦਾ ਹੈ ਇੱਕ ਨਿੱਕੀ ਨਿੱਕੀ ਚੀਜ਼ ਦੀ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਸਰੀਰ ਦੇ ਉੱਪਰ ਬਾਹਰਲੇ ਪਾਸੇ ਹੁਣ ਗੰਢਾਂ ਆਉਂਦੀਆਂ ਨੇ ਔਰ ਉਹ ਵੀ ਆਸ-ਆਸੇ ਕੈਂਸਰ ਦਾ ਰੂਪ ਧਾਰਨ ਕਰ ਜਾਂਦੀਆਂ ਨੇ ਲੇਕਿਨ ਸਾਡੇ ਜਿਹੜੇ ਲੋਕ ਨੇ ਖਾਸ ਕਰਕੇ ਪੰਜਾਬੀ ਨੇ ਇਹ ਨਿੱਕੀ ਮੋਟੀ ਪ੍ਰੋਬਲਮ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਔਰ ਉਹਨਾਂ ਦੀ ਨਜ਼ਰਅੰਦਾਜ਼ਗੀ ਹੀ ਵੱਡੀ ਕਿਸੇ ਨਾ ਕਿਸੇ ਬਿਮਾਰੀ ਦਾ ਰੂਪ ਧਾਰਨ ਕਰਨ ਦੇ ਦੇਬ ਸਫਲ ਹੋ ਜਾਂਦੀ ਹੈ ਇਸ ਤੋਂ ਬਚਣ ਦਾ ਇੱਕੋ ਹੀ ਇੱਕ ਹੱਲ ਹੈ ਵੀ ਜੇ ਕਿਸੇ ਨੂੰ ਕੋਈ ਛੋਟੀ ਜੀ ਵੀ ਪ੍ਰੋਬਲਮ ਲੱਗਦੀ ਹੈ ਤਾਂ ਉਹ ਤੁਰੰਤ ਉਸ ਦੇ ਟੈਸਟ ਕਰਵਾ ਕੇ ਉਹਦਾ ਲਾਚ ਸਮੇਂ ਸਰ ਕਰਵਾਵੇ ਤਾਂ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ ਕੈਂਸਰ ਇੱਕ ਨਾਮਰਾਦ ਬਿਮਾਰੀ ਹੈ ਜਿਹੜੀ ਇਨਸਾਨ ਨੂੰ ਜਿਹੜਾ ਹੈ ਬਹੁਤ ਜਲਦੀ ਪਕੜਦੀ ਹੈ ਔਰ ਇਸ ਦਾ ਪਤਾ ਵੀ ਬਹੁਤ ਲੇਟ ਜਾ ਕੇ ਲੱਗਦਾ ਹੈ ਕਿਉਂਕਿ ਬਹੁਤ ਦੇਰ ਤੱਕ ਤਾਂ ਇਹ ਰਿਪੋਰਟਾਂ ਚ ਹੀ ਨਹੀਂ ਪੋਜ਼ਿਟਿਵ ਹੁੰਦੀ ਔਰ ਜਦੋਂ ਨੂੰ ਪੋਜ਼ਿਟਿਵ ਹੁੰਦੀ ਹੈ ਉਦੋਂ ਨੂੰ ਉਹਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਇਸ ਕਰਕੇ ਕੈਂਸਰ ਜਿਹੜਾ ਹੈ ਇਹ ਨਾਂ ਵੀ ਮਾੜਾ ਹੈ ਤਾਂ ਕਰਕੇ ਲੋਕ ਪਿੰਡਾਂ ਦੇ ਵਿੱਚ ਹਜੇ ਵੀ 10 20% ਲੋਕ ਐ ਹੋਜੇ ਨੇ ਜਿਹੜੇ ਕੈਂਸਰ ਦਾ ਨਾਮ ਨਹੀਂ ਲੈਂਦੇ ਇਹ ਕਹਿਣਗੇ ਦੂਜਾ ਹੋ ਗਿਆ ਦੂਜਾ ਹੋ ਗਿਆ ਦੂਜਾ ਹੋ ਗਿਆ ਦਾ ਮਤਲਬ ਕੈਂਸਰ ਔਰ ਕੈਂਸਰ ਦਾ ਇਲਾਜ ਸਮੇਂ ਸਿਰ ਹੋਣਾ ਬਹੁਤ ਜ਼ਰੂਰੀ ਹੈ ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟ ਨੇ ਅਣਗਿਣਤ ਇਹੋ ਜਿਹੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਮੈਂ ਲਾਸਟ ਸਟੇਜ ਤੋਂ ਮੋੜ ਕੇ ਵੀ ਉਹਨਾਂ ਨੂੰ ਕਵਰ ਕੀਤਾ ਔਰ ਉਹ ਸਾਡੀ ਇਸ ਮੈਡੀਸਨ ਦੇ ਨਾਲ ਬਹੁਤ ਜਲਦੀ ਠੀਕ ਹੋਏ ਪੰਜ ਛੇ ਛੇ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਇਸ ਬਿਮਾਰੀ ਦੀ ਲਾਹਤ ਤੋਂ ਬਚਣ ਦਾ ਮੌਕਾ ਮਿਲਿਆ ਕਿਹਾ ਜਾਊਗਾ ਕਿ ਅਗਰ 4 ਸਟੇਜ ਹੈ ਬਿਲਕੁਲ ਡਾਕਟਰਾਂ ਦਾ ਜਵਾਬ ਹੈ ਕਿਈ ਵਾਰੀ ਉਹਦੇ ਵਿੱਚ ਵੀ ਜ਼ਿੰਦਗੀ ਜਿਹੜੀ ਹੈਗੀ ਹੈ ਵਿਧਾਨ ਦੇ ਵਿੱਚ ਵੀ ਇਹ ਤੁਹਾਡੀਆਂ ਦਵਾਈਆਂ ਕੰਮ ਕਰ ਜਾਂਦੀ ਹੈ ਵੀ ਬੰਦਾ ਹੋਰ ਥੋੜਾ ਜਿਹਾ ਜਿਉਣ ਲੈਂਦਾ ਔਰ ਮੌਤ ਕਿਉਂਕਿ ਕੈਂਸਰ ਵਾਲੇ ਜਿਹੜੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਬਹੁਤ ਜਾਂਦਾ ਪ੍ਰੋਬਲਮਸ ਆਨਦੀ ਪ੍ਰੋਬਲਮ ਰਹਿੰਦੀ ਹੈ ਵੀ ਜਦੋਂ ਡੈਥ ਹੋਣੀ ਉਹਨਾਂ ਦੀ ਕੈਂਸਰ ਵਾਲੇ ਪੇਸ਼ੈਂਟ ਨੂੰ ਕੋਈ ਲਿਵਰ ਦਾ ਕੈਂਸਰ ਵਾਲਾ ਪੇਸ਼ੈਂਟ ਹੈਗਾ ਤੇ ਉਹਨੂੰ ਕਾਫੀ ਹੋਰ ਜਿਹੜੀਆਂ ਹੈਗੀਆਂ ਪ੍ਰੋਬਲਮਸ ਆਉਂਦੀ ਹੈਗੀਆਂ ਫਿਰ ਉਸ ਟਾਈਮ ਦੇ ਉੱਪਰ ਲੇਕਿਨ ਇਹ ਜਿਹੜੀਆਂ ਮੈਡੀਸਿਨ ਦੋ ਈਜ਼ ਕਰ ਦਿੰਦੀਆਂ ਥੋੜਾ ਜਿਹਾ ਜੀ ਐਕਚੁਅਲੀ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਕੈਂਸਰ ਦਾ ਪੇਸ਼ੈਂਟ ਜਲਦੀ ਇਸ ਪਕੜ ਦੇ ਵਿੱਚ ਆਉਣ ਤੋਂ ਬਾਅਦ ਇਹਦਾ ਵੱਡਾ ਕਾਰਨ ਤੇ ਇਹ ਬਣ ਜਾਂਦਾ ਕਿ ਛੋਟੇ ਬੱਚਿਆਂ ਨੂੰ ਉਸ ਪੇਸ਼ੈਂਟ ਕੋਲ ਜਾਣ ਨਹੀਂ ਦਿੱਤਾ ਜਾਂਦਾ ਬਹੁਤ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਮਿਲਣਾ ਪਸੰਦ ਨਹੀਂ ਕਰਦੇ ਔਰ ਉਹਨਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਆ ਜਿਵੇਂ ਏਡਜ਼ ਦੀ ਬਿਮਾਰੀ ਹੋ ਗਈ ਕੈਂਸਰ ਦੀ ਬਿਮਾਰੀ ਹੋ ਗਈ ਇਹਦੇ ਤੋਂ ਆਪਾਂ ਨਿੱਕੇ ਬੱਚਿਆਂ ਨੂੰ ਵੀ ਦੂਰ ਰੱਖਣਾ ਸ਼ੁਰੂ ਕਰ ਦਿੰਨੇ ਆ ਔਰ ਉਹਦਾ ਮਨ ਟੁੱਟ ਜਾਂਦਾ ਹੈ ਉਹ ਮਰੀਜ਼ ਨੂੰ ਹੌਸਲਾ ਮਿਲਣ ਦੀ ਬਜਾਏ ਐਦਾਂ ਲੱਗਦਾ ਵੀ ਮੈਂ ਸ਼ਾਇਦ ਬਚਾਂ ਜਾਂ ਨਾ ਬਚਾਂ ਮੇਰੇ ਆਪਣੇ ਹੀ ਮੇਰੇ ਤੋਂ ਦੂਰ ਹੁੰਦੇ ਜਾ ਰਹੇ ਆ ਔਰ ਇਹ ਕਈ ਕਾਰਨ ਨਿੱਕੇ-ਨਿੱਕੇ ਕਾਰਨ ਨੇ ਜਿੰਨਾ ਕਰਕੇ ਇਹ ਕੈਂਸਰ ਦਾ ਪੇਸ਼ੈਂਟ ਜਲਦੀ ਠੀਕ ਨਹੀਂ ਹੁੰਦਾ ਪਰ ਜੇ ਨਾਲ ਵਾਲੇ ਪਰਿਵਾਰਿਕ ਮੈਂਬਰ ਉਹਨੂੰ ਸਾਥ ਦੇਣ ਵਾਲੇ ਹੋਣ ਤਾਂ ਉਹ ਲਾਸਟ ਸਟੇਜ ਤੋਂ ਵੀ ਮੁੜ ਕੇ ਨਾਰਮਲ ਹੋ ਸਕਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਕੋਈ ਨਾ ਕੋਈ ਵਧੀਆ ਟੌਪਿਕ ਲੈਂਦੇ ਹੋ ਔਰ ਉਹਦੇ ਨਾਲ ਸਾਨੂੰ ਡਿਸਕਸ ਕਰਾਉਂਦੇ ਹੋ ਔਰ ਇਹ ਪੈਥੀਆਂ ਜਿਹੜੀਆਂ ਕਿ ਬਿਨਾ ਸਾਈਡ ਇਫੈਕਟ ਦੇ ਨੇ ਚਾਹੇ ਉਹ ਅੰਗਰੇਜ਼ੀ ਦਵਾਈ ਲਈ ਜਾਂਦਾ ਤਾਂ ਵੀ ਉਹ ਦਵਾਈਆਂ ਤੁਹਾਡੀਆਂ ਲੈ ਸਕਦਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਵੀ ਤਰ੍ਹਾਂ ਦੀ ਕਿਸੇ ਵੀ ਡਾਕਟਰ ਦੀ ਲਿਖੀ ਹੋ ਮੈਡੀਸਿਨ ਲੈ ਰਿਹਾ ਹੈ ਤਾਂ ਉਹ ਲੈਂਦਾ ਰਹੇ ਲੇਕਿਨ ਅਗਰ ਆਪਣੀ ਮੈਡੀਸਨ ਉਹ ਨਾਲ ਸਟਾਰਟ ਕਰਦਾ ਹੈ ਤਾਂ ਉਹਦੇ ਨਾਲ ਉਸ ਨੂੰ ਜਲਦੀ ਫਾਇਦਾ ਹੋਏਗਾ ਔਰ ਉਹ ਇਸ ਛਟਕਾਰਾ ਕਪ ਕਰ ਸਕਦਾ ਹੈ ਬਿਮਾਰੀ ਤੋਂ ਬਚ ਸਕਦਾ ਹੈ ਤੁਹਾਡਾ ਜੀ ਥੈਂਕ ਯੂ